ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀਵਾਰ ਗੱਲ ਕਰਦੇ ਹਾਂ ਪੰਜਾਬ ਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜਨ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਪਹਿਲੀ ਵੱਡੀ ਖਬਰ ਹੈ ਚੋਣਾਂ ਦੇ ਲਈ ਕਾਂਗਰਸ ਦਾ ਵੱਡਾ ਐਲਾਨ ਸੁਨੀਲ ਜਾਕੜ ਤੇ ਪ੍ਰਤਾਪ ਬਾਜਵਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ ਦੋਸਤੋ ਕਾਂਗਰਸ ਨੇ ਪੰਜਾਬ ਵਿੱਚ ਚੋਣਾਂ ਦੀ ਤਿਆਰੀਆਂ ਤੇਜ਼ ਕਰ ਦਿੱਤੀਆਂ ਨੇ ਪੰਜਾਬ ਦੇ ਵਿੱਚ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸੁਨੀਲ ਜਾਖੜ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਤੇ ਇਸ ਦੇ ਨਾਲ ਹੀ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਵੀ ਬਣਾਇਆ ਗਿਆ ਇਸ ਤੋਂ ਇਲਾਵਾ ਅੰਬਿਕਾ ਸੋਨੀ ਨੂੰ ਚੋਣ ਤਾਲਮੇਲ ਕਮੇਟੀ ਦਾ ਚੇਅਰਮੈਨ ਤੇ ਅਜੇ ਮੰਕਣ ਨੂੰ ਸਕਰੀਨਿੰਗ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਅਗਲੀ ਖਬਰ ਹੈ ਡਰੱਗ ਕੇਸ ਦੇ ਵਿੱਚ ਹਾਈ ਕੋਰਟ ਦੀ ਫਟਕਾਰ ਜਦ ਰਿਪੋਰਟ ਖੋਲਣ ਤੇ ਰੋਕ ਨਹੀਂ ਤਾਂ ਕਾਰਵਾਈ ਕਿਉਂ ਨਹੀਂ ਹੋਈ ਤੇ ਹੁਣ 9 ਦਸੰਬਰ ਨੂੰ ਹੋਵੇਗੀ ਸੁਣਵਾਈ ਤਾਂ ਦੋਸਤੋ ਪੰਜਾਬ ਦੇ 6000 ਕਰੋੜ ਦੇ ਡਰੱਗ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਖਤ ਫਟਕਾਰ ਲਗਾਈ ਹੈ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਵਕੀਲਾਂ ਨੇ ਕਿਹਾ ਕਿ ਸਟ ਦੀ ਸੀਲਬੰਦ ਰਿਪੋਰਟ ਹਾਈ ਕੋਰਟ ਵਿੱਚ ਪਈ ਹੈ ਜਿਸ ਨੂੰ ਖੋਲਣ ਤੋਂ ਰੋਕਿਆ ਨਹੀਂ ਜਾ ਰਿਹਾ ਇਸਤੇ ਹਾਈ ਕੋਰਟ ਨੇ ਸਖਤ ਰੁਖ ਦਿਖਾਉਂਦੇ ਹੋਏ ਪੁੱਛਿਆ ਕਿ ਫਿਰ ਉਹਨਾਂ ਨੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਅਗਲੀ ਖਬਰ ਹੈ ਦੋ ਦਿਨਾਂ ਤੋਂ ਸੁਨੇਹ ਦਾ ਇੰਤਜ਼ਾਰ ਕਰ ਰਹੀ ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਕਿਹਾ ਸਰਕਾਰ ਹੱਲ ਦੇ ਲਈ ਗੰਭੀਰ ਨਹੀਂ ਤਾਂ ਦੋਸਤੋ ਦਿੱਲੀ ਬਾਡਰ ਤੇ 1 ਸਾਲ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦੀ ਘਰ ਵਾਪਸੀ ਤੇ ਫੈਸਲੇ ਦੀ ਉਡੀਕ ਵੱਧ ਗਈ ਹੈ ਸਰਕਾਰ ਨਾਲ ਗੱਲਬਾਤ ਕਰਨ ਦੇ ਲਈ ਬਣਾਈ ਪੰਜ ਕਿਸਾਨਾਂ ਆਗੂਆਂ ਦੀ ਕਮੇਟੀ ਨੇ ਕਿਹਾ ਕਿ ਅਜੇ ਤੱਕ ਸਰਕਾਰ ਵੱਲੋਂ ਲਟਕਦੀਆਂ ਮੰਗਾਂ ਤੇ ਵਿਚਾਰ ਕਰਨ ਦਾ ਕੋਈ ਸੁਨੇਹਾ ਨਹੀਂ ਆਇਆ ਕਿਸਾਨ ਆਗੂਆਂ ਨੇ ਇਸ ਬਾਰੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਇਸ ਦੇ ਹੱਲ ਲਈ ਗੰਭੀਰ ਨਹੀਂ ਹੈ ਅਗਲੀ ਖਬਰ ਹੈ ਏਕੇ 203 ਨਾਲ ਲੈਸ ਹੋਵੇਗੀ ਭਾਰਤੀ ਸੈਨਾ 1 ਮਿੰਟ ਦੇ ਵਿੱਚ 600 ਗੋਲੀਆਂ ਦਾਗਦੀ ਹੈ ਇਹ ਰਾਈਫਲ ਚਟਕੀ ਚ ਕਰੇਗੀ ਦੁਸ਼ਮਨ ਦਾ ਸਫਾਇਆ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਭਾਰਤ ਅਤੇ ਰੂਸ ਦੇ ਵਿਚਾਲੇ AK203 ਰਾਈਫਲ ਦਾ ਲਈ 5200 ਕਰੋੜ ਰੁਪਏ ਦਾ ਰੱਖਿਆ ਸਮਝੌਤਾ ਹੋਇਆ ਹੈ ਰੂਸ ਦੇ ਰਾਸ਼ਟਰਪਤੀ ਬਲਾਦੀ ਮੀਰ ਪੋਤਨ ਦੇ ਭਾਰਤ ਦੌਰੇ ਦੌਰਾਨ ਇਸ ਸਮਝੌਤੇ ਤੇ ਦਸਤਖਤ ਕਰ ਕੀਤੇ ਗਏ ਨੇ ਰੂਸ ਦੀ AK203 ਰਾਈਫਲ ਦੁਨੀਆ ਦੇ ਸਭ ਤੋਂ ਘਾਤਕ ਅਤੇ ਸਭ ਤੋਂ ਸਫਲ ਰਾਈਫਲ AK47 ਦਾ ਸਭ ਤੋਂ ਆਧੁਨਿਕ ਸੰਗਠਨ ਕੀਤਾ ਗਿਆ ਹੈ ਇਸ ਤੇ ਸੌਦੇ ਤਹਿਤ ਭਾਰਤੀ ਫੌਜ ਅਤੇ ਅਰਧ ਸੈਨਿਕ ਬਲਾਂ ਦੇ ਲਈ ਅਮੇਠੀ ਦੀ ਫੈਕਟਰੀ ਵਿੱਚ 7.5 ਲੱਖ ਰਾਈਫਲਾਂ ਬਣਾਈਆਂ ਜਾਣਗੀਆਂ। ਅਗਲੀ ਖਬਰ ਹੈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਯੂਨੀਵਰਸਿਟੀ ਫੀਸਾਂ ਘਟਾਉਣ ਦੀ ਪੈਰਵਾਈ। ਤਾਂ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਵਿਖੇ ਪੰਜਾਬ ਚੇਅਰਸ ਭਗਵਾਨ ਵਾਲਮੀਕ ਚੇਅਰ ਤੇ ਡਾਕਟਰ ਭੀਮrao ਅੰਬੇਦਕਰ ਤੇ ਭਾਈ ਜੈਤਾ ਜੀ ਦੇ ਲੁਹਾਣਾ ਚੇਰ ਦਾ ਉਦ ਘਟਨ ਕੀਤਾ ਜਿੱਥੇ ਮੁੱਖ ਮੰਤਰੀ ਚੰਨੀ ਨੇ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਗਰਾਊਂਡ ਵਿੱਚ ਬਣੇ ਹੈਲੀਪੈਡ ਤੇ ਉਤਰੇ ਤੇ ਯੂਨੀਵਰਸਿਟੀ ਦੇ ਵਿੱਚ ਆਡੀਟੋਰੀਅਮ ਦੇ ਵਿੱਚ ਸਮੂਲੀਅਤ ਕੀਤੀ ਤੇ ਚਰਨਜੀਤ ਸਿੰਘ ਚੰਨੀ ਨੇ ਯੂਨੀਵਰਸਿਟੀ ਦੀਆਂ ਫੀਸਾਂ ਘਟਾਉਣ ਅਤੇ ਵਿਦਿਆਰਥੀਆਂ ਤੇ ਬੋਝ ਨਾ ਪਵੇ ਉਸ ਦੀ ਪੈਰਵਾਹੀ ਕਰਨ ਦਾ ਵੀ ਐਲਾਨ ਕਰ ਦਿੱਤਾ ਅਗਲੀ ਖਬਰ ਹੈ ਹਾਈ ਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਬਾਦਲ ਪਰਿਵਾਰ ਦੀਆਂ ਬੱਸਾਂ ਦੇ ਪਰਮਟ ਫੇਰ ਕੀਤੇ ਬਹਾਲ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਹਾਈ ਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਜਿਸ ਦੇ ਤਹਿਤ ਸਰਕਾਰ ਨੇ ਨਿਊ ਦੀਪ ਅਤੇ ਬਾਦਲ ਪਰਿਵਾਰ ਦੀ ਕੰਪਨੀ ਬਾਦਲ ਪਰਿਵਾਰ ਦੀ ਕੰਪਨੀ ਆਰਬਿਟ ਏਵੀਏਸ਼ਨ ਦੀਆਂ ਬੱਸਾਂ ਨੂੰ ਜ਼ਬਤ ਕਰਨ ਤੇ ਪਰਮਿਟ ਰੱਦ ਕਰਨ ਦੇ ਹੁਕਮ ਦਿੱਤੇ ਸੀ ਜਸਟਿਸ ਅਜੀਤ ਵਾੜੀ ਅਤੇ ਪੰਕਜ ਜੈਨ ਦੀ ਅਦਾਲਤ ਨੇ ਬਾਦਲ ਪਰਿਵਾਰ ਦੀ ਮਾਲਕੀ ਵਾਲੀ ਹਾਰਵਿਟ ਕੰਪਨੀ ਦੇ ਤਿੱਤੀ ਅਤੇ ਅਕਾਲੀ ਲੀਡਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਨਿਊ ਦੀਪ ਦੀ ਬੱਸ ਦੀਆਂ ਕੰਪਨੀ ਦੇ 87 ਬੱਸ ਪਰਮਟ ਬਹਾਲ ਕਰ ਦਿੱਤੇ ਨੇ ਇਨ੍ਹਾਂ ਪਰਮਟਾਂ ਨੂੰ ਪੰਜਾਬ ਸਰਕਾਰ ਨੇ ਟੈਕਸ ਨਾਮ ਭਰਨ ਦੇ ਦੋਸ਼ ਹੇਠ ਰੱਦ ਕਰ ਦਿੱਤਾ ਸੀ ਇਸ ਖਿਲਾਫ ਦੋਮਾ ਕੰਪਨੀਆਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦੀ ਕਾਰਵਾਈ ਵੀ ਪਾਈ ਸੀ ਅਗਲੀ ਖਬਰ ਹੈ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਸਿਆਸੀ ਪਾਰੀ ਚੰਡੀਗੜ੍ਹ ਦੇ ਵਿੱਚ ਖੋਲਿਆ ਮੁੱਖ ਦਫ਼ਤਰ ਤਾਂ ਦੋਸਤੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਸਿਆਸੀ ਪਾਰੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਤੇ ਉਹਨਾਂ ਨੇ ਚੰਡੀਗੜ੍ਹ ਦੇ ਸੈਕਟਰ 9 ਡੀ ਦੇ ਵਿੱਚ ਪਾਰਟੀ ਦਾ ਮੁੱਖ ਦਫ਼ਤਰ ਬਣਾਇਆ ਹੈ। ਇੱਥੋਂ ਹੀ 2022 ਦੇ ਵਿੱਚ ਹੋਣ ਵਾਲੀਆਂ ਪੰਜਾਬ ਚੋਣਾਂ ਲਈ ਸਿਆਸੀ ਰਣਨੀਤੀ ਬਣਾਈ ਜਾਵੇਗੀ। ਇਸ ਦੌਰਾਨ ਸਭ ਤੋਂ ਅਹਿਮ ਗੱਲ ਇਹ ਵੀ ਹੋਵੇਗੀ ਕਿ ਹੁਣ ਕੈਪਟਨ ਨਾਲ ਕਾਂਗਰਸ ਵਿੱਚੋਂ ਕਿਹੜੇ ਲੀਡਰ ਜਾਣਗੇ ਅਗਲੀ ਖਬਰ ਹੈ ਟਮਾਟਰ ਦੀਆਂ ਕੀਮਤਾਂ ਦੇ ਵਿੱਚ ਵੱਡਾ ਉਛਾਲ ਦੇਸ਼ ਦੇ ਇਸ ਹਿੱਸੇ ਵਿੱਚ ਕੀਮਤਾਂ 100 ਰੁਪਏ ਤੋਂ ਟੱਪੀਆਂ ਤਾਂ ਦੋਸਤੋ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਟਮਾਟਰ ਦੀਆਂ ਕੀਮਤਾਂ ਨੇ ਇੱਕ ਵਾਰ ਫਿਰ ਤੋਂ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ ਦੱਖਣੀ ਭਾਰਤ ਦੇ ਕਈ ਸ਼ਹਿਰਾਂ ਦੇ ਵਿੱਚ ਪਰਚੂਨ ਬਾਜ਼ਾਰ ਦੇ ਵਿੱਚ ਟਮਾਟਰ ਦੀ ਕੀਮਤ 140 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ ਭਾਰੀ ਮੀਂਹ ਕਾਰਨ ਸਪਲਾਈ ਦੇ ਵਿੱਚ ਵਿਘਨ ਪੈਣ ਕਾਰਨ ਦੱਖਣੀ ਭਾਰਤ ਵਿੱਚ ਟਮਾਟਰ ਮਹਿੰਗਾ ਹੋ ਗਿਆ ਹੈ। ਭਾਰਤ ਸਰਕਾਰ ਨੇ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੱਖਣੀ ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਦੇ ਮਾਇਆ ਬੰਦਰ ਵਿੱਚ 140 ਰੁਪਏ ਪ੍ਰਤੀ ਕਿਲੋ ਤੇ ਪੋਰਟ ਦੇ ਬਲੇਅਰ ਵਿੱਚ 127 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ बिक ਰਿਹਾ ਹੈ। ਅਗਲੀ ਖਬਰ ਹੈ ਵੱਡੀ ਖਬਰ ਦਸੰਬਰ ਦੇ ਵਿੱਚ ਲਗਾਤਾਰ 2 ਦਿਨ ਬੈਂਕਾਂ ਦੀ ਹੜਤਾਲ ਤਾਂ ਦੋਸਤੋ ਤੁਹਾਨੂੰ ਦੱਸੀਏ ਕਿ ਜੇਕਰ ਤੁਸੀਂ ਦਸੰਬਰ ਮਹੀਨੇ ਦੇ ਵਿੱਚ ਬੈਂਕਾਂ ਨਾਲ ਜੁੜਿਆ ਕੋਈ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਅਹਿਮ ਕਵਰ ਹੈ ਕਿਉਂਕਿ ਦੇਸ਼ ਦੇ ਸਰਕਾਰੀ ਬੈਂਕ ਕਰਮਚਾਰੀ 16 ਅਤੇ 17 ਦਸੰਬਰ ਨੂੰ ਹੜਤਾਲ ਤੇ ਜਾਣਗੇ ਜਿਸ ਕਾਰਨ ਇਹਨਾਂ ਦੋ ਦਿਨਾਂ 'ਚ ਬੈਂਕਾਂ ਦਾ ਵਿੱਚ ਕੰਮ ਕਾਜ ਨਹੀਂ ਹੋਵੇਗਾ ਇਸ ਦੀ ਜਾਣਕਾਰੀ ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨ ਨੇ ਦਿੱਤੀ ਹੈ ਅਗਲੀ ਖਬਰ ਹੈ ਹੁਣ ਨਹੀਂ ਰਹੇਗੀ ਬਿਜਲੀ ਦੀ ਸਮੱਸਿਆ ਗਾਂ ਦੇ ਗੋਬਰ ਤੋਂ ਬਣਨਗੀਆਂ ਬੈਟਰੀਆਂ ਤਾਂ ਦੋਸਤੋ ਤੁਸੀਂ ਗਾਂ ਦੇ ਗੋਬਰ ਨੂੰ ਲੈ ਕੇ ਦੇਸ਼ ਵਿੱਚ ਕਈ ਵਾਰ ਸਕਾਰਾਤਮਕ ਅਤੇ ਨਕਾਰਾਤਮਕ ਗੱਲਾਂ ਸੁਣੀਆਂ ਹੋਣਗੀਆਂ ਹੁਣ ਇਸ ਸਮੇਂ ਬ੍ਰਿਟਨ ਦੇ ਵਿੱਚ ਗੋਬਰ ਦੀ ਬਿਜਲੀ ਚਰਚਾ ਵਿੱਚ ਹੈ ਬਰਤਾਨਵੀ ਕਿਸਾਨਾਂ ਨੇ ਗਾਂ ਦੇ ਗੋਹੇ ਤੋਂ ਬਿਜਲੀ ਪੈਦਾ ਕਰਨ ਦੇ ਲਈ ਕੋ ਪੂ ਕੈਨ ਪ੍ਰੋਡਿਊਸ ਇਲੈਕਟ੍ਰਿਸਿਟੀ ਤਿਆਰ ਕੀਤਾ ਹੈ ਕਿਸਾਨਾਂ ਦੇ ਇੱਕ ਸਮੂਹ ਮੁਤਾਬਕ ਉਹਨਾਂ ਨੇ ਗਾਂ ਦੇ ਗੋਹੇ ਤੋਂ ਜਿਹਾ ਪਾਊਡਰ ਤਿਆਰ ਕੀਤਾ ਜਿਸ ਤੋਂ ਬੈਟਰੀਆਂ ਬਣਾਈਆਂ ਜਾਣਗੀਆਂ ਕਿਸਾਨਾਂ ਨੇ 1 ਕਿਲੋ ਗੋਬਰ ਤੋਂ ਇੰਨੀ ਬਿਜਲੀ ਤਿਆਰ ਕੀਤੀ ਕਿ ਇੱਕ ਵੈਕਿਊਮ ਕਲੀਨਰ ਨੂੰ 5 ਘੰਟੇ ਤੱਕ ਚਲਾਇਆ ਜਾ ਸਕਦਾ ਹੈ ਅਗਲੀ ਖਬਰ ਹੈ ਪੋਸਟ ਆਫਿਸ ਦੀ ਨਵੀਂ ਸਕੀਮ ਜਮ੍ਹਾਂ ਕਰੋ 10000 ਰੁਪਏ ਤੇ ਮਿਲੇਗਾ 16 ਲੱਖ ਰੁਪਏ ਦਾ ਮੁਨਾਫਾ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਇੱਕ ਪੋਸਟ ਆਫਿਸ ਦੇ ਵਿੱਚ ਅਜਿਹੀ ਸਕੀਮ ਆਈ ਹੈ ਜਿਸ ਦੇ ਤਹਿਤ ਤੁਸੀਂ 10000 ਰੁਪਏ ਨਿਵੇਸ਼ ਕਰਕੇ 16 ਲੱਖ ਰੁਪਏ ਪ੍ਰਾਪਤ ਕਰ ਸਕਦੇ ਹੋ ਅਸਲ ਦੇ ਵਿੱਚ ਇਹ ਪੋਸਟ ਆਫਿਸ ਰਿਕਰਿੰਗ ਡਿਪੋਜ਼ਿਟ ਖਾਤਾ ਹੈ ਜਿਸ ਵਿੱਚ ਚੰਗੇ ਵਿਆਜ ਨਾਲ ਸਰਕਾਰੀ ਗਰੰਟੀ ਵੀ ਮਿਲਦੀ ਹੈ ਅਗਲੀ ਖਬਰ ਹੈ ਡੈਬਿਟ ਕਾਰਡ ਤੇ ਮਿਲਦਾ ਹੈ 10 ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਤਾਂ ਦੋਸਤੋ ਦੁਰਘਟਨਾ ਬੀਮਾ ਵੱਖ-ਵੱਖ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਤੇ ਪ੍ਰਦਾਨ ਕੀਤਾ ਜਾਂਦਾ ਹੈ ਤੇ ਇਹ ਬੀਮਾ 10 ਲੱਖ ਰੁਪਏ ਤੱਕ ਦਾ ਹੋ ਸਕਦਾ ਹੈ ਕੰਪਨੀ ਮਾਸਟਰ ਕਾਰਡ ਰੂਪੇ ਕਾਰਡ ਤੇ ਵਿਜ਼ਾ ਕਾਰਡ ਦੁਆਰਾ ਦਿੱਤਾ ਜਾਂਦਾ ਹੈ ਇਹ ਕੰਪਨੀਆਂ ਬੈਂਕਾਂ ਨਾਲ ਮਿਲ ਕੇ ਗਾਕਾਂ ਨੂੰ ਦੁਰਘਟਨਾ ਬੀਮਾ ਦਿੰਦੀਆਂ ਨੇ ਦੱਸ ਦਈਏ ਕਿ ਬੀਮੇ ਦਾ ਲਾਭ ਉਦੋਂ ਹੀ ਮਿਲਦਾ ਜਦੋਂ ਕਾਰਡ ਧਾਰਕ ਦੀ ਦੁਰਘਟਨਾ ਕਾਰਨ ਮੌਤ ਹੋ ਜਾਂਦੀ ਹੈ ਜਾਂ ਸਥਾਈ ਤੌਰ ਤੇ ਅਪੰਗਤਾ ਹੁੰਦੀ ਹੈ ਅਗਲੀ ਖਬਰ ਹੈ ਵਿਦਿਆਰਥੀਆਂ ਨੂੰ ਭਰਨ ਦੇ ਲਈ ਜੁਜੀਸੀ ਸਕਾਲਰਸ਼ਿਪ ਯੋਜਨਾ ਫਾਰਮ ਮਿਲਣਗੇ 7800 ਰੁਪਏ ਪ੍ਰਤੀ ਮਹੀਨਾ ਤਾਂ ਦੋਸਤੋ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਪੀਜੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਸਕੀਮ ਦੀ ਅੱਜ ਹੀ ਫਾਰਮ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਤੇ ਇਸ ਦੇ ਤਹਿਤ ਪ੍ਰੋਫੈਸ਼ਨਲ ਪੀਜੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ 4500 ਤੋਂ ਲੈ ਕੇ 7800 ਰੁਪਏ ਪ੍ਰਤੀ ਮਹੀਨਾ ਮਿਲਣਗੇ ਸਕਾਲਰਸ਼ਿਪ ਸਕੀਮ ਦੇ ਲਈ ਦਿਲਚਸਪੀ ਰੱਖਣ ਵਾਲੇ ਯੋਗ ਉਮੀਦਵਾਰ ਆਖਰੀ ਮਿਤੀ ਤੋਂ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਨੇ ਅਗਲੀ ਖਬਰ ਹੈ ਰੇਲਵੇ ਦੇ ਵਿੱਚ ਨਿਕਲੀ ਭਰਤੀ ਜਾਣੋ ਕਿਵੇਂ ਕਰੋ ਅਪਲਾਈ ਤਾਂ ਦੋਸਤੋ ਰੇਲਵੇ ਭਰਤੀ ਬੋਰਡ ਖੇੜ ਕੋਟੇ ਦੇ ਤਹਿਤ ਕਈ ਸਾਮੀਆਂ ਦੀ ਭਰਤੀ ਮੰਗੀ ਹੈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤੇ ਉਮੀਦਵਾਰ ਵੱਖ-ਵੱਖ ਅਸਾਮੀਆਂ ਲਈ 1 ਦਸੰਬਰ 2021 ਤੋਂ ਆਨਲਾਈਨ ਅਪਲਾਈ ਦੇ ਯੋਗ ਹੋ ਗਏ ਨੇ ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 25 ਦਸੰਬਰ 2021 ਰੱਖੀ ਗਈ ਹੈ ਯੂਨੀਵਰਸਿਟੀ ਅਤੇ ਰਾਜ ਪੱਧਰ ਦੇ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਜਨਵਰੀ 2022 ਦੇ ਵਿੱਚ ਟ੍ਰੈਲਾਂ ਦੇ ਲਈ ਬੁਲਾਇਆ ਜਾਵੇਗਾ ਖਿਡਾਰੀਆਂ ਨੂੰ ਟ੍ਰੈਲਾਂ ਵਿੱਚ ਪ੍ਰਦਰਸ਼ਨ ਦੇ ਆਧਾਰ ਤੇ ਹੀ ਗਰੁੱਪ ਸੀ ਦੀਆਂ ਪੋਸਟਾਂ ਤੇ ਭਰਤੀ ਕੀਤਾ ਜਾਵੇਗਾ ਤੇ ਕੁੱਲ 21 ਅਸਾਮੀਆਂ ਲਈ ਖਾਲੀ ਅਸਾਮੀਆਂ ਦੀ ਇਹ ਜਾਣਕਾਰੀ ਦਿੱਤੀ ਗਈ ਹੈ ਕਿਵੇਂ ਕਰ ਸਕਦੇ ਹੋ ਤੁਸੀਂ ਇਹਨਾਂ ਪੋਸਟਾਂ ਦੇ ਅਪਲਾਈ ਸਪੋਰਟ ਸਕੋਟੇ ਤਹਿਤ ਰੇਲਵੇ ਦੀਆਂ ਇਹਨਾਂ ਅਸਾਮੀਆਂ ਲਈ ਉਮੀਦਵਾਰ 25 ਦਸੰਬਰ 2021 ਤੱਕ ਆਨਲਾਈਨ ਅਪਲਾਈ ਕਰ ਸਕਦੇ ਨੇ ਅਪਲਾਈ ਕਰਨ ਦੇ ਲਈ ਤੁਹਾਨੂੰ ਰੇਲਵੇ ਰਿਕਰੂਟਮੈਂਟ ਬੋਰਡ ਯਾਨੀ ਕਿ ਆਰ ਆਰ ਬੀ ਦੀ ਅਧਿਕਾਰਤ ਵੈਬਸਾਈਟ doublercpryj.org ਤੇ ਜਾ ਕੇ ਆਨਲਾਈਨ ਅਰਜੀ ਫਾਰਮ ਭਰ ਸਕਦੇ ਹੋ ਇਸ ਭਰਤੀ ਦੇ ਲਈ ਉਮਰ ਸੀਮਾ ਰੱਖੀ ਗਈ ਹੈ ਉਮੀਦਵਾਰਾਂ ਦੀ ਉਮਰ 18 ਤੋਂ 25 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ ਅਗਲੀ ਖਬਰ ਹੈ ਪੀਪੀਐਸਸੀ ਨੇ ਮੰਗੀਆਂ 320 ਅਸਾਮੀਆਂ ਦੇ ਲਈ ਅਰਜ਼ੀਆਂ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਨੇ ਸਰਕਾਰ ਦੇ ਸਹਿਕਾਰਤਾ ਵਿਭਾਗ ਦੇ ਵਿੱਚ ਇਨਸਪੈਕਟਰ ਸਹਿਕਾਰੀ ਸੁਵਾਂਵਾ ਦੀਆਂ 320 ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ ਜੋਗ ਤੇ ਚਾਹਵਨ ਉਮੀਦਵਾਰਾਂ ਤੋਂ ਆਨਲਾਈਨ ਅਪਲਾਈ ਕਰ ਸਕਦੇ ਨੇ ਤੇ ਆਨਲਾਈਨ ਅਰਜ਼ੀ ਭਰਨ ਦੀ ਆਖਰੀ ਮਿਤੀ 22 ਦਸੰਬਰ 2021 ਰੱਖੀ ਗਈ ਹੈ ਸਰਕਾਰ ਨੇ dwpsc.govment.in ਦੀ ਵੈਬਸਾਈਟ ਤੇ ਸਿਲੇਬਸ ਪ੍ਰਿਕਾ ਪੈਟਰਨ ਯੋਗਤਾ ਦੇ ਮਾਪਦੰਡ ਉਮਰ ਆਦ ਬਾਰੇ ਪੂਰੀ ਡਿਟੇਲ ਵਿੱਚ ਜਾਣਕਾਰੀ ਦਿੱਤੀ ਹੈ ਅਗਲੀ ਖਬਰ ਹੈ ਸਰਕਾਰ ਨੇ ਦਿੱਤੀ ਵੱਡੀ ਜਾਣਕਾਰੀ ਫੌਜ ਦੇ ਵਿੱਚ ਅਧਿਕਾਰੀਆਂ ਦੇ 7476 ਅਹੁਦੇ ਖਾਲੀ ਜਲ ਸੈਨਾ ਤੇ ਹਵਾਈ ਫੌਜ ਵਿੱਚ ਕਿੰਨੇ ਅਹੁਦੇ ਹਨ ਖਾਲੀ ਤਾਂ ਦੋਸਤੋ ਰੱਖਿਆ ਰਾਜ ਮੰਤਰੀ ਅਜੇ ਭਟ ਨੇ ਕਿਹਾ ਕਿ ਫੌਜ ਚ ਅਧਿਕਾਰੀਆਂ ਦੇ 7476 ਅਹੁਦੇ ਖਾਲੀ ਨੇ ਉਹਨਾਂ ਨੇ ਦੱਸਿਆ ਕਿ ਜਲ ਸੈਨਾ ਦੇ ਵਿੱਚ 1265 ਅਤੇ ਹਵਾਈ ਫੌਜ ਦੇ ਵਿੱਚ 6265 ਅਹੁਦੇ ਖਾਲੀ ਨੇ ਰਾਜ ਸਭਾ ਦੇ ਵਿੱਚ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ 에어ਮੈਨ ਨੋਵਿਕ ਜੂਨੀਅਰ ਕਮਿਸ਼ਨ ਅਧਿਕਾਰੀ ਅਤੇ ਹੋਰ ਰੈਂਕ ਦੇ ਲਈ ਫੌਜ ਦੇ ਵਿੱਚ 97177 ਅਹੁਦੇ ਖਾਲੀ ਨੇ ਜਲ ਸੈਨਾ ਦੇ ਵਿੱਚ ਅਜੇ 11168 ਅਤੇ ਹਵਾਈ ਫੌਜ ਦੇ ਵਿੱਚ 4850 ਅਹੁਦੇ ਖਾਲੀ ਪਏ ਨੇ ਅਗਲੀ ਖਬਰ ਹੈ ਓਮੀਕਰੋਨ ਦੀ ਭਾਰਤ ਵਿੱਚ ਤੀਜੀ ਲਹਿਰ ਫਰਵਰੀ ਤੱਕ ਸਿਖਰ ਤੇ ਹੋਵੇਗੀ ਤਾਂ ਦੋਸਤੋ ਵਿਗਿਆਨੀ ਮਨਿੰendra ਅਗਰਵਾਲ ਨੇ ਕਿਹਾ ਕਿ ਭਾਰਤ ਵਿੱਚ ਓਮੀਕਰੋਨ ਸੋਰਸ ਕੋਵਿਡ 2 ਦੇ ਨਵੇਂ ਰੂਪ ਚ ਕਰੋਨਾ ਵਾਇਰਸ ਦੀ ਤੀਜੀ ਲਹਿਰ ਫਰਵਰੀ ਦੇ ਵਿੱਚ ਸਿਖਰ ਤੇ ਪਹੁੰਚ ਸਕਦੀ ਹੈ ਤੇ ਦੇਸ਼ ਵਿੱਚ ਇੱਕ ਦਿਨ ਦੇ ਵਿੱਚ ਲੱਖ ਤੋਂ ਡੇਢ ਲੱਖ ਤੱਕ ਕੇਸ ਪਹੁੰਚਣ ਦੀ ਸੰਭਾਵਨਾ ਹੈ ਪਰ ਇਹ ਕੇਸ ਦੂਜੀ ਲਹਿਰ ਨਾਲੋਂ ਹਲਕੇ ਹੋਣਗੇ ਅਗਲੀ ਖਬਰ ਹੈ ਰਾਜ ਸਭਾ 3 ਵਜੇ ਤੱਕ ਮੁਲਤਵੀ ਤਾਂ ਦੋਸਤੋ ਮੁੱਤਲ ਕੀਤੇ 12 ਮੈਂਬਰਾਂ ਨੂੰ ਮੁੜ ਬਹਾਲ ਕੀਤੇ ਜਾਣ ਦੀ ਮੰਗ ਕਰ ਰਹੇ ਵਿਰੋਧੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਵੱਲੋਂ ਕੀਤੇ ਹਗਾਮੇ ਕਰਕੇ ਰਾਜ ਸਭਾ ਦੀ ਕਾਰਵਾਈ ਨੂੰ ਹੁਣ 3 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਅਗਲੀ ਖਬਰ ਹੈ ਦੇਸ਼ ਦੇ ਵਿੱਚ ਕਰੋਨਾ ਦੇ 8306 ਨਵੇਂ ਕੇਸ ਤੇ 211 ਮੌਤਾਂ ਤਾਂ ਦੋਸਤੋ ਪਿਛਲੇ 24 ਘੰਟਿਆਂ ਦੇ ਦੌਰਾਨ ਭਾਰਤ ਵਿੱਚ ਕਰੋਨਾ ਵਾਇਰਸ ਦੇ 8306 ਨਵੇਂ ਕੇਸ ਰਿਪੋਰਟ ਕੀਤੇ ਗਏ ਨੇ ਤੇ ਤੁਹਾਨੂੰ ਦੱਸਿਏ ਕਿ ਜਿਸ ਕਰਕੇ ਹੁਣ ਤੱਕ ਕਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 3 ਕਰੋੜ 46 ਲੱਖ 41561 ਹੋ ਗਈ ਹੈ ਜਦੋਂ ਕਿ ਇਹਨਾਂ ਵਿੱਚੋਂ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 98416 ਰਹਿ ਗਈ ਹੈ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਦੌਰਾਨ 24 ਘੰਟਿਆਂ ਦੇ ਅੰਦਰ 211 ਹੋਰ ਮੌਤਾਂ ਹੋਈਆਂ ਨੇ ਜਿਸ ਤੋਂ ਬਾਅਦ ਹੁਣ ਤੱਕ ਮੌਤਾਂ ਦਾ ਅੰਕੜਾ 473537 ਤੱਕ ਪੁੱਜ ਚੁੱਕਿਆ ਹੈ। ਅਗਲੀ ਖਬਰ ਹੈ ਭਾਜਪਾ ਤੇ ਢੀਂਡਸਾ ਧੜੇ ਦੇ ਨਾਲ ਮਿਲ ਕੇ ਸਰਕਾਰ ਬਣਾਵਾਂਗੇ ਕੈਪਟਨ ਅਮਰਿੰਦਰ। ਤਾਂ ਦੋਸਤੋ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਭਾਜਪਾ ਅਤੇ ਢੀਂਡਸਾ ਧੜੇ ਨਾਲ ਗੱਠ ਜੋੜ ਕਰਕੇ ਅਗਲੀ ਸਰਕਾਰ ਬਣਾਵਾਂਗੇ ਉਹਨਾਂ ਨੇ ਕਿਹਾ ਕਿ ਗੱਠਜੋੜ ਬਾਰੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਹੁਣ ਉਹ ਭਾਜਪਾ ਦੇ ਹੋਰ ਨਾਲ ਲੀਡਰਾਂ ਨਾਲ ਵੀ ਮੁਲਾਕਾਤ ਕਰਨਗੇ ਉਹਨਾਂ ਨੇ ਕਿਹਾ ਕਿ ਅਗਲੀਆਂ ਚੋਣਾਂ ਵਿੱਚ ਤਜਰਬੇਕਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣਗੀਆਂ ਅਗਲੀ ਖਬਰ ਹੈ ਪੀਆਰਟੀਸੀ ਤੇ ਪਨਵਸ ਦੇ ਕੱਚੇ ਕੰਮਿਆਂ ਵੱਲੋਂ ਅੱਜ ਤੋਂ ਹੜਤਾਲ ਸ਼ੁਰੂ ਤਾਂ ਦੋਸਤੋ ਆਪਣੀਆਂ ਸੇਵਾਵਾਂ ਮਾਰ ਰੈਗੂਲਰ ਕਰਵਾਉਣ ਦੇ ਲਈ ਵਿੱਡੇ ਸੰਘਰਸ਼ਨੀ ਕੜੀਵਜੋਂ ਪੀ ਆਰਟੀਸੀ ਤੇ ਪਨਵਸ ਦੇ ਹਜ਼ਾਰਾਂ ਕੱਚੇ ਮੁਲਾਜ਼ਮ 7 ਦਸੰਬਰ ਤੋਂ ਮੁੜ ਅਣਮਿੱਥੇ ਸਮੇਂ ਦੀ ਸਬਾਈ ਹੜਤਾਲ ਦਾ ਪ੍ਰੋਗਰਾਮ ਅਲਿੱਖ ਚੁੱਕੇ ਨੇ ਅਗਲੀ ਖਬਰ ਹੈ ਸਰਕਾਰ ਬਣਨ ਤੇ ਕਬੱਡੀ ਲੀਗ ਅਤੇ ਵਿਸ਼ਵ ਕੱਪ ਕਰਵਾਵਾਂਗੇ ਸੁਖਵੀਰ ਬਾਦਲ ਤਾਂ ਦੋਸਤੋ ਤੁਹਾਨੂੰ ਦੱਸਿਏ ਕਿ ਸੁਖਵੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਅਕਾਲੀ ਬਸਪਾ ਗੱਠਜੋੜ ਵਾਲੀ ਸਰਕਾਰ ਬਣਨ ਤੇ ਪੰਜਾਬ ਦੇ ਵਿੱਚ ਕਬੱਡੀ ਨੂੰ ਪਰਫੁੱਲਤ ਕਰਨ ਦੇ ਲਈ ਕਬੱਡੀ ਕੱਪ ਅਤੇ ਕਬੱਡੀ ਲੀਗ ਸ਼ੁਰੂ ਕਰਵਾਈ ਜਾਵੇਗੀ ਤੇ ਵਰਲਡ ਕਬੱਡੀ ਕੱਪ ਵੀ ਕਰਵਾਇਆ ਜਾਵੇਗਾ ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ 400 ਤੋਂ ਵੱਧ ਖਿਡਾਰੀ ਅਤੇ ਕਬੱਡੀ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਵੀ ਸਬੋਧਨ ਕੀਤਾ ਜਾਵੇਗਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਬੱਡੀ ਲੀਗ ਦੀ ਸ਼ੁਰੂ ਵਿੱਚ ਇਨਾਮੀ ਰਾਸ਼ੀ 2 ਕਰੋੜ ਰੁਪਏ ਹੋਵੇਗੀ ਇਸ ਦੇ ਨਾਲ ਹੀ 5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਾਲਾ ਕਬੱਡੀ ਦਾ ਵਿਸ਼ਵ ਕੱਪ ਵੀ ਕਰਵਾਇਆ ਜਾਵੇਗਾ ਨਾਲ ਹੀ ਉਹਨਾਂ ਨੇ ਐਲਾਨ ਕੀਤਾ ਕਿ ਕਬੱਡੀ ਖਿਡਾਰੀਆਂ ਦੀ ਗ੍ਰੇਡੇਸ਼ਨ ਕੀਤੀ ਜਾਵੇਗੀ ਤੇ 25 ਲੱਖ ਰੁਪਏ ਦਾ ਬੀਮਾ ਵੀ ਕਰਵਾਇਆ ਜਾਵੇਗਾ ਅਗਲੀ ਖਬਰ ਹੈ ਬੇਅਦਬੀ ਮਾਮਲੇ 'ਚ ਸੱਟ ਦੀ ਟੀਮ ਡੇਰਾ ਸਿਰਸਾ ਪੁੱਜੀ ਤਾਂ ਦੋਸਤੋ ਤੁਹਾਨੂੰ ਦੱਸਿਏ ਕੀ ਪੰਜਾਬ ਦੇ ਫਰੀਦਕੋਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਸੱਟ ਅੱਜ ਡੇਰਾ ਸਿਰਸਾ ਪਹੁੰਚੀ ਹੈ ਸੱਟ ਨੂੰ ਪੁੱਛਗਿੱਛ ਦੇ ਲਈ ਲੋਡਿੰਗ ਦੇ ਡੇਰਾ ਪ੍ਰਬੰਧਕ ਕਮੇਟੀ ਮੈਂਬਰ ਵਿਪਾਸਨਾ ਅਤੇ ਪੀਆਰ ਨੈਣ ਨਹੀਂ ਮਿਲੇ ਅਗਲੀ ਖਬਰ ਹੈ ਟਵਿੱਟਰ ਦੇ ਸੀਈਓ ਪ੍ਰਾਗ ਅਗਰਵਾਲ ਨੂੰ ਸਲਾਨਾ ਮਿਲੇਗੀ 10 ਲੱਖ ਡਾਲਰ ਦੀ ਤਨਖਾਹ ਤਾਂ ਦੋਸਤੋ ਟਵਿੱਟਰ ਦੇ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ ਜਾਨੀ ਕਿ ਸੀਈਓ ਪ੍ਰਾਗ ਅਗਰਵਾਲ ਨੂੰ ਹੋਰਾਂ ਲਾਭਾਂ ਤੇ ਬੋਨਸਾਂ ਦੇ ਨਾਲ 10 ਲੱਖ ਡਾਲਰ ਦੀ ਤਨਖਾਹ ਹਰ ਸਾਲ ਦਿੱਤੀ ਜਾਵੇਗੀ ਭਾਰਤ ਵਿੱਚ ਜਨਮੇ ਅਗਰਵਾਲ ਨੇ ਇਸ ਅਹੁਦੇ ਤੇ ਜੈਕ ਡੂਰਸੀ ਦੀ ਥਾਂ ਲਈਆ ਤੇ ਉਹ 2017 ਤੋਂ ਟਵਿੱਟਰ ਦੇ ਚੀਫ ਟੈਕਨੋਲੋਜੀ ਅਫਸਰ ਵਜੋਂ ਕੰਮ ਕਰ ਰਹੇ ਸਨ ਅਗਲੀ ਖਬਰ ਹੈ ਪੰਜਾਬ ਸਰਕਾਰ ਦੇ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਬੰਦੀਆਂ ਲਈ ਸਜ਼ਾ ਮਾਫੀ ਦਾ ਫੈਸਲਾ ਤਾਂ ਦੋਸਤੋ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਸੂਬੇ ਦੀਆਂ ਜੇਲਾਂ ਵਿੱਚ ਬੰਦੀਆਂ ਨੂੰ ਸਧਾਰਨ ਹਿੱਤ ਤਿੰਨ ਅਹਿਮ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਤੇ ਪੰਜਾਬ ਸਰਕਾਰ ਨੇ ਬੰਦੀਆਂ ਲਈ ਸਜ਼ਾ ਮਾਫੀ ਦੇਣ ਦਾ ਫੈਸਲਾ ਕੀਤਾ ਹੈ ਜਿਸ ਨੂੰ ਬਹੁਤ ਜਲਦ ਹੀ ਪ੍ਰਵਾਨਗੀ ਮਿਲ ਜਾਵੇਗੀ ਤੇ ਦੋਸਤੋ ਏਸੀ ਅੱਜ ਸਵੇਰ ਦੀਆਂ ਤਾਜ਼ਾ ਤੇ ਮੁੱਖ ਵੱਡੀਆਂ ਖਬਰਾਂ ਤੁਸੀਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸਾਡੇ ਨਾਲ ਜੁੜਨ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬਣੇ ਘੰਟੀ ਨੂੰ ਵੀ ਪ੍ਰੈਸ ਕਰ ਦਿਓ ਜਿਸ ਨਾਲ ਤੁਹਾਨੂੰ ਇਸੇ ਤਰ੍ਹਾਂ ਦੀ ਆਉਣ ਵਾਲੀਆਂ ਨਵੀਆਂ ਤੇ ਤਾਜ਼ਾ ਖਬਰਾਂ ਦਾ ਸਭ ਤੋਂ ਪਹਿਲਾਂ ਪਤਾ ਲੱਗਦਾ ਰਹੂਗਾ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦਿਆਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਖਬਰ ਦੇ ਨਾਲ ਤਦ ਤੱਕ ਲਈ ਤੁਸੀਂ ਸਾਡੇ ਨਾਲ ਜੁੜੇ ਰਹੇ ਹੋ ਧੰਨਵਾਦ ਯਾ ਤਰਨਾ ਜਾਂ ਛੁੜਵਾਨਾ ਵਸ਼ੀਕਰਨ ਲਵ ਮੈਰਿਜ ਪ੍ਰੇਮੀ ਨੂੰ ਮਨਾਉਣਾ ਘਰ ਵਾਲੇ ਮਨਾਉਣਾ ਪਤੀ ਪਤਨੀ ਵਿੱਚ ਝਗੜਾ ਆਪਸੀ ਅਣਬਣ ਸੱਸ ਨੂੰ ਦਾ ਝਗੜਾ ਕਿਸੇ ਦਾ ਬੇਟਾ ਕਿਸੇ ਦੂਸਰੇ ਦੇ ਕਹਿਣੇ ਚ ਹੈ ਜਾਂ ਕਿਸੇ ਦੀ ਬੇਟੀ ਕਿਸੇ ਦੂਸਰੇ ਦੇ ਕਹਿਣੇ ਚ ਹੈ ਪ੍ਰੇਮੀ ਪ੍ਰੇਮਕਾ ਚ ਅਣਬਣ ਵਿਦੇਸ਼ ਯਾਤਰਾ ਲੋਟਰੀ ਸਪੈਸ਼ਲਿਸਟ ਕਿਸੇ ਵੀ ਸਮੱਸਿਆ ਦੇ ਲਈ ਫੋਨ ਕਰੋ ਹਰ ਸਮੱਸਿਆ ਦਾ ਸਮਾਧਾਨ ਸਿਰਫ 3 ਘੰਟੇ ਵਿੱਚ ਵਿਸ਼ਵ ਪ੍ਰਸਿੱਧ ਬਾਬਾ ਹਰਦੀਪ ਜੀ ਗੋਲਡ ਮੈਡਲਿਸਟ ਨੂੰ ਫੋਨ ਕਰੋ